ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਆਜ਼ਰਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਈਆਂ ਬਹੁਤ ਪਿਆਰਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਲੇਡੀਜ਼ ਕੋਟੀ ਤੇ ਪਾ ਸਕਦੇ ਜੀ ਥੋੜੀ ਜੀ ਇਹਦੇ ਵਿੱਚ ਜਾਲੀ ਪੈਂਦੀ ਹੈ ਬਹੁਤ ਜ਼ਿਆਦਾ ਜਾਲੀ ਨਹੀਂ ਪੈਂਦੀ ਤੇ ਪੰਜ ਗੁੰਡਿਆਂ ਦਾ ਟੋਟਲ ਡਿਜ਼ਾਈਨ ਹੈ ਤੇ ਚਾਰ ਸਲਾਈਆਂ ਦੇ ਵਿੱਚ ਇਹ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਂਦਾ ਆ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ ਤੇ ਬਹੁਤ ਹੀ ਪਿਆਰਾ ਲੱਗਦਾ ਆ ਬਣਿਆ ਹੋਇਆ ਤੇ ਡਿਜ਼ਾਈਨ ਨੂੰ ਬਣਾਉਣ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਕੁੰਡੇ ਪਾਉਣੇ ਦੱਸਾਂਗੀ ਕਿ ਆਪਾਂ ਜਿਹੜੇ ਉਲਟੀ ਸਾਈਡ ਦੇ ਕੁੰਡੇ ਆ ਕਿਸੇ ਭੈਣ ਦਾ ਮੈਨੂੰ ਕਮੈਂਟ ਆ ਰਿਹਾ ਸੀ ਕਿ ਉਲਟੀ ਸਾਈਡ ਦੇ ਕੁੰਡੇ ਜਿਹੜੇ ਉਹ ਤੁਸੀਂ ਕਿਸ ਤਰ੍ਹਾਂ ਬਾ ਪਾ ਸਕਦੇ ਆ ਤੇ ਉਲਟੀ ਸਾਈਡ ਤੋਂ ਸਲਾਈ ਸ਼ੁਰੂ ਹੋਏਗੀ ਉਲਟੀ ਸਾਈਡ ਦੇ ਕੁੰਡੇ ਮੈਂ ਤੁਹਾਨੂੰ ਪਾਉਣੇ ਦੱਸਾਂਗੀ ਕਿ ਆਪਾਂ ਉਲਟੀ ਸਾਈਡ ਤੋਂ ਕੁੰਡੇ ਕਿਸ ਤਰ੍ਹਾਂ ਪਾ ਸਕਦੇ ਆ ਸਭ ਤੋਂ ਪਹਿਲਾਂ ਜੇ ਤੇ ਤੁਸੀਂ ਧਾਗਾ ਡਬਲ ਕਰਨਾ ਹੈ ਤੇ ਡਬਲ ਕਰ ਸਕਦੇ ਜੇ ਜੇ ਤੁਸੀਂ ਸਿੰਗਲ ਧਾਗੇ ਨਾਲ ਕੁੰਡੇ ਪਾਉਣੇ ਨੇ ਤੇ ਸਿੰਗਲ ਧਾਗੇ ਨਾਲ ਵੀ ਪਾ ਸਕਦੇ ਜੇ ਮੈਂ ਇੱਥੇ ਡਬਲ ਧਾਗੇ ਨਾਲ ਕੁੰਡੇ ਪਾਵਾਂਗੀ ਜਿੰਨੇ ਵੀ ਤੁਸੀਂ ਕੁੰਡੇ ਪਾਉਣੇ ਉਹਦੇ ਅਕੋਰਡਿੰਗ ਤੁਸੀਂ ਆਪਣਾ ਧਾਗਾ ਜਿਹੜਾ ਉਹਨੂੰ ਡਬਲ ਕਰ ਲਓ ਤੇ ਇਸ ਤਰ੍ਹਾਂ ਕਰਕੇ ਇੱਕ ਗੰਡ ਮਾਰ ਲੈਣੀ ਆਪਾਂ ਗੰਡ ਮਾਰਨ ਤੋਂ ਬਾਅਦ ਸਲਾਈ ਜਿਹੜੀ ਇਸ ਤਰ੍ਹਾਂ ਇੰਜ ਕਰਕੇ ਇੱਕ ਆਪਾਂ ਇਸ ਸਲਾਈ ਦੇ ਉੱਪਰ ਇੱਕ ਗੰਡ ਮਾਰ ਲੈਣੀ ਹੁਣ ਕੀ ਕਰਾਂਗੇ ਆ ਜਿਹੜਾ ਡਬਲ ਧੱਗਾ ਆ ਇਹਨੂੰ ਆਪਾਂ ਆਪਣੇ ਖੱਬੇ ਹੱਥ ਵਾਲੇ ਪਾਸੇ ਰੱਖਣਾ ਹੈ ਤੇ ਇਸ ਤਰ੍ਹਾਂ ਅੰਗੂਠੇ ਦੇ ਉੱਪਰ ਕਮਾਉਂਦੇ ਹੋਏ ਇੰਜ ਕਰਕੇ ਸਲਾਈ ਦੇ ਉੱਪਰ ਪਾ ਲੈਣਾ ਤੇ ਫਿਰ ਇਹ ਵਾਲਾ ਧਗਾ ਜਿਹੜਾ ਇਹਨੂੰ ਇਹਦੇ ਉੱਪਰੋ ਇਸ ਤਰ੍ਹਾਂ ਕਰਕੇ ਪਾਉਣਾ ਹੈ ਤੇ ਇਹ ਜਿਹੜਾ ਵਾਲ ਮਾਰਿਆ ਹੋਇਆ ਇਹਨੂੰ ਇੰਜ ਕਰਕੇ نیچے ਲਾ ਦੇਣਾ ਇੱਕ ਕੁੰਡਾ ਪੈ ਗਿਆ ਇੱਕ ਪਹਿਲਾ ਆਪਾਂ ਗੰਡ ਮਾਰੀ ਸੀ ਇੱਕ ਕੁੰਡਾ ਪੈ ਗਿਆ ਹੁਣ ਦੂਸਰਾ ਵੇਖੋ ਫੇਰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਸਲਾਈ ਦੇ ਉੱਪਰ ਪਾ ਲੈਣਾ ਫਿਰ ਇਹ ਵਾਲਾ ਧਾਗਾ ਜਿਹੜਾ ਇਹਨੂੰ ਆਪਾਂ ਜਿਸ ਤਰ੍ਹਾਂ ਆਪਾਂ ਬੁਣਾਈ ਕਰਦੇ ਉਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਪਾਉਣਾ ਹੈ ਤੇ ਸਾਡੇ ਕੁੰਡੇ ਜਿਹੜੇ ਪੈਂਦੇ ਜਾਣੇ ਇਹ ਵੇਖੋ ਇਸ ਤਰ੍ਹਾਂ ਕਰਕੇ ਵਾਲ ਮਾਰ ਲੈਣਾ ਸਲਾਈ ਜਿਹੜੀ ਇੱਥੇ ਪਾ ਲੈਣੀ ਹੈ ਇਹ ਧਾਗੇ ਦਾ ਉੱਪਰੋਂ ਜਿਸ ਤਰ੍ਹਾਂ ਉਂਦੇ ਆਪਾਂ ਇਸੇ ਤਰੀਕੇ ਦੇ ਨਾਲ ਆਪਾਂ ਕਰਦੇ ਜਾਣਾ ਤੇ ਸਾਡੇ ਕੁੰਡੇ ਜਿਹੜੇ ਆ ਪੈਂਦੇ ਜਾਣੇ ਜਿੰਨੇ ਵੀ ਤੁਸੀਂ ਆਪਣੇ ਪ੍ਰੋਜੈਕਟ ਦੇ ਹਿਸਾਬ ਨਾਲ ਕੁੰਡੇ ਪਾਉਣੇ ਨੇ ਤੁਸੀਂ ਇਸ ਤਰੀਕੇ ਦੇ ਨਾਲ ਕੁੰਡੇ ਜਿਹੜੇ ਪਾ ਸਕਦੇ ਜੇ ਬਹੁਤ ਹੀ ਆਸਾਨੀ ਦੇ ਨਾਲ ਇਹ ਕੁੰਡੇ ਪੈ ਜਾਂਦੇ ਨੇ ਮੈਂ ਹੋਰ ਵੀ ਕਾਫੀ ਸਾਰੇ ਤਰੀਕੇ ਤੁਹਾਨੂੰ ਦੱਸਾਂਗੀ ਕੁੰਡੇ ਪਾਉਣ ਦੇ ਵਸਤਰਾ ਕਰਕੇ ਆਪਾਂ ਆਪਣੇ ਕੁੰਡੇ ਜਿਹੜੇ ਪਾਉਂਦੇ ਜਾਣਾ ਤੇ ਇਹ ਸਾਡੇ ਉਲਟੀ ਸਾਈਡ ਦੇ ਕੁੰਡੇ ਪੈਣਗੇ ਸਭ ਤੋਂ ਪਹਿਲਾਂ ਸਾਡੀ ਉਲਟੀ ਸਾਈਡ ਤੋਂ ਸਲਾਈ ਬਣੇਗੀ ਵੇਖੋ ਤੇ ਇਹ ਡਿਜ਼ਾਈਨ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਆ ਇਹਦੇ ਵਿੱਚ 5-5 ਦੇ ਹਿਸਾਬ ਨਾਲ ਆਪਾਂ ਕੁੰਡੇ ਪੋਣੇ ਨੇ 5-5 ਦੇ ਹਿਸਾਬ ਨਾਲ ਕੁੰਡੇ ਪਾ ਕੇ 4 ਕੁੰਡੇ ਵਾਧੂ ਪੋਣੇ ਨੇ ਤੇ ਡਿਜ਼ਾਈਨ ਜਿਹੜਾ ਸਾਡਾ ਏ ਫਿਰ ਬਣੇਗਾ ਹੁਣ ਆਪਾਂ ਦੇਖ ਲੈਨੇ ਕਿੰਨੇ ਕੁੰਡੇ ਪੈ ਗਏ ਸਾਡੇ ਕੋਲ 1 2 3 4 5 6 7 8 9 10 11 12 13 14 15 5-5 ਦੇ حساب ਨਾਲ ਤਿੰਨ ਵਾਰ ਸਾਡੇ ਕੋਲ ਕੁੰਡੇ ਪੈ ਗਏ ਨੇ ਹੁਣ ਆਪਾਂ ਚਾਰ ਕੁੰਡੇ ਵਾਧੂ ਪਾਉਣੇ ਨੇ ਤੇ ਆ ਦੋ ਕੁੰਡੇ ਸਾਡੇ ਕੋਲ ਪੈ ਗਏ ਨੇ ਦੋ ਕੁੰਡੇ ਆਪਾਂ ਹੋਰ ਪਾ ਲਵਾਂਗੇ ਇੱਕ ਤੇ ਦੋ ਇਹ ਸਾਡੇ ਕੋਲ ਹੁਣ ਕੁੰਡਿਆ ਵੇਖੋ ਇਸ ਤਰੀਕੇ ਦੇ ਨਾਲ ਪੈ ਗਏ ਨੇ ਹੁਣ ਆਪਾਂ ਆਪਣਾ ਜਿਹੜਾ ਡਿਜ਼ਾਈਨ ਬਣਾਉਣਾ ਸ਼ੁਰੂ ਕਰਾਂਗੇ ਡਿਜ਼ਾਈਨ ਸਿੱਧੀ ਸਾਈਡ ਤੋਂ ਸ਼ੁਰੂ ਹੋਏਗਾ ਤੇ ਮੈਂ ਇੱਥੇ ਪਹਿਲਾਂ ਉਲਟੀ-ਉਲਟੀ ਇੱਕ ਸਲਾਈ ਜਿਹੜੀ ਸਿੰਪਲ ਆ ਉਹ ਬਣਾ ਲਾਂਗੀ ਉਂ पीस ਲਈ ਆਪਾਂ ਬਣਾ ਲਾਂਗੇ ਤੇ ਸਿੱਧੀ ਸਾਈਡ ਤੋਂ ਫਿਰ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਾਂਗੇ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਬਣ ਕੇ ਡੈਡੀ ਹੋ ਜਾਏਗਾ ਚਾਰ ਚਾਰ ਸਲਾਈਆਂ ਉੱਪਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬੰਦ ਆ ਜਿਵੇਂ ਹੁਣ ਆਪਾਂ ਆ ਗਏ ਸਿੱਧੀ ਸਾਈਡ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਾਂਗੇ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ ਹੁਣ ਇਹ ਤੀਸਰਾ ਕੁੰਡਾ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਦੋ ਕੁੰਡਿਆਂ ਦੇ ਉੱਪਰੋਂ ਇਸ ਤਰ੍ਹਾਂ نیچے ਸੁੱਟ ਦੇਣਾ ਹੈ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਵਿੱਚ ਜਾਲੀ ਪਾਵਾਂਗੇ ਤੇ ਫਿਰ ਅਗਲਾ ਕੁੰਡਾ ਸਿੱਧਾ ਬਣਾਵਾਂਗੇ ਇਹ ਹੀ ਪੰਜ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਵੇਖੋ ਕਿਸ ਤਰ੍ਹਾਂ ਦੋ ਕੁੰਡੇ ਉਲਟੇ ਬਣਾ ਲੇ ਧਾਗਾ ਪਿੱਛੇ ਕਰਾਂਗੇ ਇਹ ਤਿੰਨ ਕੁੰਡਿਆਂ ਦੇ ਵਿੱਚੋਂ ਤੀਸਰਾ ਕੁੰਡਾ ਜਿਹੜਾ ਆਪਾਂ ਇੰਜ ਕਰਕੇ نیچے ਸੁੱਟ ਦੇਣਾ ਹੈ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਵਿੱਚ ਇੱਕ ਜਾਲੀ ਪਾਵਾਂਗੇ ਤੇ ਇੱਕ ਕੁੰਡਾ ਫਿਰ ਸਿੱਧਾ ਬਣਾਵਾਂਗੇ ਜਿਹੜਾ ਕੁੰਡਾ ਆਪਾਂ نیچے ਸੁੱਟਦਾ ਉਹ ਆਪਾਂ ਜਾਲੀ ਪਾ ਕੇ ਪੂਰਾ ਕਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਫਿਰ ਇਹ ਤੀਸਰਾ ਕੁੰਡਾ ਜਿਹੜਾ ਇਸ ਤਰ੍ਹਾਂ ਕਰਕੇ نیچے ਲਾ ਦੇਣਾ ਹੈ ਫਿਰ ਇੱਕ ਕੁੰਡਾ ਸਿੱਧਾ ਵਿੱਚ ਜਾਲੀ ਪਾਵਾਂਗੇ ਫਿਰ ਅਗਲਾ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿਛਲੀ ਸਾਈਡ ਕਰਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਪਹਿਲੀ ਸਲਾਈ ਬਣ ਗਈ ਡਿਜ਼ਾਈਨ ਦੀ ਦੂਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਤਿੰਨ ਦੋ ਤਾਂ ਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਜਿਹੜੇ ਕੁੰਡੇ ਆਪਾਂ ਡਿਜ਼ਾਈਨ ਬਣਾਇਆ ਉਹ ਉਲਟੇ ਬੰਨੇ ਨੇ ਜਿਹੜੇ ਕੁੰਡੇ ਉਧਰੋਂ ਆਪਾਂ ਉਲਟੇ ਬਣਾਏ ਸੀ ਉਹ ਇਧਰੋਂ ਸਿੱਧੇ ਬੰਨੇ ਨੇ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਹੈ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਆਉਂਦਾ ਇਹ ਵਾਲਾ ਤੁਸੀਂ ਇਸ ਨੂੰ ਲੇਡੀਜ਼ ਕੋਟੀ ਤੇ ਜਾਂ ਛੋਟੇ ਬੱਚਿਆਂ ਦੀ ਕੋਟੀ ਤੇ ਵੀ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਪਾ ਸਕਦੇ ਜੀ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲੈਣਾ ਦੂਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ 1 2 3 ਸਿੱਦੇ ਧਾਗਾ ਆਪਣੀ ਵਾਲੀ ਸਾਈਡ 2 ਕੁੰਡੇ ਉਲਟੇ ਧਾਗਾ ਪਿੱਛੇ 3 ਕੁੰਡੇ ਸਿੱਦੇ 2 ਕੁੰਡੇ ਉਲਟੇ 3 ਕੁੰਡੇ ਸਿੱਦੇ ਪੂਰੀ ਸਲਾਈ ਆਪਾਂ ਤੀਜੀ ਸਲਾਈ ਜਿਹੜੀ ਆ ਇਸ ਤਰੀਕੇ ਦੇ ਨਾਲ ਬਣਾਉਂਦੇ ਜਾਨਾ 3 ਕੁੰਡੇ ਸਿੱਦੇ 2 ਕੁੰਡੇ ਉਲਟੇ ਤੀਸਰੀ ਸਲਾਈ ਬਣ ਗਈ ਹੁਣ ਅਸੀਂ ਆ ਗਏ ਚੌਥੀ ਸਲਾਈ ਤੇ ਚੌਥੀ ਸਲਾਈ ਫਿਰ ਦੂਸਰੀ ਸਲਾਈ ਦੀ ਤਰ੍ਹਾਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਚੌਥੀ ਸਲਾਈ ਵੀ ਆਪਾਂ ਇਸ ਤਰੀਕੇ ਦੇ ਨਾਲ ਕੰਪਲੀਟ ਕਰ ਲੈਣੀ ਆ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਆ ਚਾਰ ਸਲਾਈਆਂ ਆਪਾਂ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਰੈਡੀ ਹੁੰਦਾ ਜਾਣਾ ਬਹੁਤ ਹੀ ਸੌਖਾ ਤੇ ਬੜਾ ਪਿਆਰਾ ਜਿਹਾ ਡਿਜ਼ਾਈਨ ਲੱਗਦਾ ਬਣਿਆ ਹੋਇਆ ਤੁਸੀਂ ਇਸ ਨੂੰ ਵਾਈਟ ਕਰੀਮ ਕਿਸੇ ਵੀ ਕੋਟੀ ਤੇ ਬਣਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਜਾ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਇਸ ਤਰ੍ਹਾਂ ਲੱਗਦਾ ਹੈ ਜਦੋਂ ਅਸੀਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਇਸ ਤਰੀਕੇ ਦੇ ਨਾਲ ਰੈਡੀ ਹੋ ਜਾਏਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ